हेलो। अच्छा प्रिया, और प्रिया की हाल चाल है? अच्छा, होर घरे सारे ठीक ने? अच्छा, तूरे आ रही है जी साडे कोले? ले 8 दिन क्यों? तेरा आपदा घर है, जिन्ने दिन मर्जी लाई, नाले हुण मसा मसा तां आवेंगी, 10 दिन ला के जाई। चल कोई नहीं, जो तो नेड़े जे आ गई ना मैनू फोन कर दी, फिर मैं गवांडियां दे मुंडे मक्खन नूं भेज दूंगी तेनूं लैण। चंगा चंगा आ जा फिर, मैं तेरे आउंदे नूं वधिया जी दाल सब्जी बना के रख दियां। कोई लै, अज तां प्रिया ने आउणा, वधिया जी दाल सब्जी बनावां, सारे कपड़े सुकणे पा के। फटाफट बनावां सब्जी सुब्जी। है मगरा भोली आ रही है वे, देख मेरे सालियां दी, कहंदी मैं गवांडियां दे मुंडे मक्खन नूं भेजूंगी, मैनू नहीं कहंदी हैगी, नाले मक्खन की 2 बार जम्मिया होया। लै कर मगरा, मक्खन दे जाण तों पहलां पहलां भोली ले पहुंच। चोर नाले तू तो नहीं करती गल्लां, 2 घड़ी बह के मेरे को कुड़ी नूं तां कर लैंदे गल्लां, मसा मसा तां आई है हुणे हुणे आई है, इह नाले इह कड़ा कोई गुड़ दी रोड़ी है वी चक्के मूंह च पा लूं इहनूं। बे पहलां तां मैं तरगी तेरे नाल ब्याह करवा के, हुण इहनूं तार देंगा गल्लां करके, एवें आपदी मर जाऊगा खच्चा। आ पिंड च कोई बंदा तां तेरे कोले बहिंदा नहीं हैगा, जे जाके कम कर ला, कोई मर जाऊगा आपदियां। चल नी प्रिया उठे इहदे कोलों, अंदर जाके करिए गल्लां बातां आपां। ओहो दीदी, मेरे आंदे ही तुसी लड़न लग गए, मसा तां मैं आई आ, तुसी भी इत्थे ही बह जाओ, आपां तीनों बह के गल्लां करदे आ, नाले मैं भी जीजू नाल 2 मजाक कर लूंगी। नहीं बस बस रहण दे तू इहदे नाल मजाक कर नूं, तू चल आपां अंदर बह के गल्लां करदे आ, इह तां पहली बहाने भाल दा कम्म तों टलदा, ओह खड़े ने खोले भुखे, आथणे चूमांगे किवें, चल आ जा अंदर गल्लां करिए। जा उठ के तू भी कोई कम्म कर ला, बहाने भाल दा रहिंदा इह तां। देख 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 लै गई ठाल के इहनूं, मगरा इह केहड़ी इहनूं खवाऊगी बिस्कुट भुजिया। ऐ कर दांगे, तू नंबर बना साली कोल, पोली पोली साली, ऐ कर अड्डे तो जाके पोलियां पोलियां गुलाब जामना लिया साली वर्गियां। चल तो
ਕੀ ਹਾਲ ਆ ਬਈ ਮਕਰਾ ਉਹ ਠੀਕ ਆ ਪੰਮੀ ਛੋਟੇ ਭਾਈ ਤੂੰ ਸੁਣਾ ਕਿੱਧਰ ਚੱਲਿਆ ਮੈਂ ਤਾਂ ਯਾਰ ਬੱਥੇ ਡਰ ਜਾ ਕੰਦਾ ਜੀ ਮਾੜਾ ਜਾ ਚੱਲ ਮੈਨੂੰ ਐਂ ਦੱਸ ਆ ਉਹ ਕੁੜੀ ਜੀ ਨੂੰ ਕਿਹਨੂੰ ਬਿਠਾਈ ਜਾਂਦਾ ਜੀ ਮੋਟਰਸਾਈਕਲ ਤੇ ਕੌਣ ਆ ਉਹ ਕੁੜੀ ਜੀ ਕਿਹੜੀ ਕੁੜੀ ਆ ਮੇਰੇ ਯਾਰ ਹੁਣ ਉਹਨੇ ਤਾਂ ਤੂੰ ਲੰਘਿਆ ਉੱਥੋਂ ਦੀ ਮੈਂ ਮੋੜ ਤੇ ਬੈਠਾ ਹੀ ਦੇਖ ਅੱਛਾ 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 ਉਹ ਤਾਂ ਯਾਰ ਬੱਸ ਅੱਡੇ ਤੇ ਫਿਰਦੀ ਸੀ ਕਹਿੰਦੀ ਮੈਨੂੰ 100 ਰੁਪਿਆ ਦੇ ਭੁੱਖ ਲੱਗ ਰਹੀ ਆ ਮੈਂ ਆਖਿਆ ਚੱਲ ਮੈਂ ਭੁੱਖ ਲੱਗ ਰਹੀ ਆ ਵਿਚਾਰੇ ਨੂੰ ਰੋਟੀ ਖਵਾ ਦੂੰਗਾ ਨਾਲੇ ਘਰੇ ਗਈ ਨੂੰ 100 ਰੁਪਿਆ ਦੇ ਦੂੰਗਾ ਨਾਲੇ ਵਿਚਾਰੇ ਨੂੰ ਕੱਪੜੇ ਦੇ ਦੂੰਗਾ ਮੈਂ ਘਰੋਂ ਹਾਂ ਉਹ ਤਾਂ ਸਪੇਲਰ ਦੀ ਸਪੇਲਰ ਵਿਚਾਰੀ ਕਿਉਂ ਮਗਰਾ ਕਿਉਂ ਚਾਰ ਲੱਗ ਰਿਹਾ ਮੈਨੂੰ ਸਪੇਲਰ ਥੋੜੀ ਜਿਹੀ ਉਹ ਕਿੱਟ ਪਾਰ ਕੇ ਜਾਣੇ ਹਾਈ ਬਾਈ ਕੱਪੜੇ ਪਾਰ ਕੇ ਤੇ ਉਹ ਤੇਰਾ ਭਰਾ ਹੋਏ ਤੇਰਾ ਤੈ ਦੇਖੀ ਨਹੀਂ ਕਿ ਮੇਰੇ ਯਾਰ ਪੱਟੇ ਹੋ ਤਾਂ ਉਹਦੇ ਕੱਪੜੇ ਪਾਏ ਹੁੰਦੇ ਉਹ ਫੈਸ਼ਨ ਆ ਮੈਨੂੰ ਪਤਾ ਹੈ ਉਹ ਕਾਨੂੰ ਆ ਫੈਸ਼ਨ ਉਹ ਤਾਂ ਮੈਂ ਸੂਟ ਦੇ ਕੇ ਤੋਰੀ ਆ ਮੇਰਾ ਮੂੰਹ ਨਾ ਚਾਰ ਮਗਰਾ ਜੇ ਤੇਰਾ ਸੁਣਾ ਦੱਸ ਦੇ ਵੀ ਕੌਣ ਦੀ ਲੈ ਯਾਰ ਮੈਂ ਹੁਣ ਤੈਨੂੰ ਝੂਠ ਬੋਲੂਆ ਚੰਗਾ ਮੈਨੂੰ ਤਾਂ ਗਾਲੀ ਆ ਬੜੀ ਵਾਰ ਅੱਡੇ ਤੱਕ ਜਾਇਆ ਮਾ ਜਾ 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 ਲੈ ਮੈਨੂੰ ਚਾਰਦਾ ਮਗਰਾ ਮੈਨੂੰ ਪਤਾ ਨਹੀਂ ਹੈਗਾ ਮੈਂ ਕਿਹੋ ਜਿਹੇ ਸੁਭਾਅ ਦਾ ਨਾਲੇ ਸਾਰਾ ਕੁਝ ਦੇਖਿਆ ਹੋਇਆ ਮੈਂ ਮਰੀ ਜਾਂਦਾ ਹੈਗਾ ਹੋਰ ਦੱਸ ਪ੍ਰਿਆ ਤੇਰੀ ਪੜ੍ਹਾਈ ਕਿਵੇਂ ਚੱਲਦੀ ਹੈ ਪੜ੍ਹਾਈ ਤਾਂ ਵਧੀਆ ਚੱਲ ਰਹੀ ਹੈ ਤੁਸੀਂ ਸੁਣਾਓ ਕੀ ਕਰਦੇ ਹੁੰਦੇ ਹੋ ਸਾਡਾ ਤਾਂ ਕੀ ਹੈ ਭੈਣੇ ਪਿੰਡਾਂ ਵਾਲਿਆਂ ਦਾ ਉਹੀ ਗੱਲ ਕਿ ਕਾਈਆਂ ਨੇ ਤਾਂ ਕਾਈ ਖੋਤਣਾ ਬਸ ਆਹੀ ਕੱਪੜੇ ਧੋ ਲਏ ਮਾਂਜਾ ਮਾਰ ਲਿਆ ਗੋਹਾ ਸਿੱਟ ਲਿਆ ਹੋਰ ਐਂ ਦੱਸ ਤੂੰ ਤੇਰਾ ਹੋਸਟਲ 'ਚ ਜੀ ਲੱਗ ਗਿਆ ਦੀਦੀ ਜੀ ਪੜ੍ਹਨਾ ਜੀ ਤਾਂ ਲਾਉਣਾ ਹੀ ਪੈਣਾ ਬਣੀਆ ਮੱਖਣ ਦੀ ਇੱਕ ਗੱਲ ਦੱਸ ਮੈਨੂੰ ਸਾਲੀ ਮੇਰੀ ਆ ਜਾਂ ਮੱਖਣ ਦੀ ਆ ਲੈ ਭੋਲੀ ਮੈਂ ਤੇਰੇ ਵਾਸਤੇ ਤਾਜ਼ੀਆਂ ਤਾਜ਼ੀਆਂ ਗੁਲਾਬ ਜਾਮਣਾ ਲੈ ਕੇ ਆਇਆ ਹੈ ਇਹ ਕੀ ਚੀਜ਼ ਬਣੀ ਇਹ ਕੱਲ ਮੈਂ ਖਾਧੀ ਜਾਂਦੀ ਆ ਚੁੱਪ ਕਰ ਵੇ ਮੇਰਾ ਸਿਰ ਦੁਖਣ ਲਾਤਾ ਚੰਗਾ ਨੀ ਪ੍ਰਿਆ ਮੈਂ ਤੇਰੇ ਵਾਸਤੇ ਘੁੱਟ ਚਾਹ ਦੀ ਹੋਰ ਬਣਾ ਕੇ ਲਿਆਉਣੀ ਆ ਆ ਡੱਬਾ ਵੀ ਲੈ ਜੀ ਕਿਤੇ ਉਰੇ ਭੁੱਲ ਜੇ ਲੜਾਈ ਲੜਾਈ ਦੇ ਵਿੱਚ ਤੈਨੂੰ ਤਾਂ ਲੜਨੀ ਆਂਦਾ ਗੱਲਾਂ ਚੰਗਾ ਹੁਣ ਕੁੜੀ ਦਾ ਉਹਨਾਂ ਦਿਮਾਗ ਚੱਟੀ ਜਾਈ ਇਹ ਕਾਹਨੂੰ ਚੜਦਾ ਬਾਬਾ ਗੁਰੂ ਬਣਾ ਲਿਆ ਘੁੱਟ ਮੈਂ ਹੀ ਪੀ ਲੂੰਗਾ ਜਾਂ ਆਪਦੀ ਸਾਲੀ ਵਾਸਤੇ ਤਾਂ ਬਥੇਰੇ ਗੁਲਾਬ ਜਾਮਣਾ ਲਿਆ ਆ ਬਣੀ ਆ ਦਿਮਾਗ ਚੱਟਣ ਦੀ ਦਿਮਾਗ ਤਾਂ ਸਾਰਾ ਤੂੰ ਚੱਟ ਜਾਣੀ ਅਗਲੇ ਦਾ ਲੈ ਕੇ ਜਾਵਾਂ ਮੈਂ ਛੇਤੀ ਛੇਤੀ ਚਾ ਕੋਈ ਨਹੀਂ ਪਤਾ ਮਰ ਜਾਣਾ ਕੁੜੀ ਨੂੰ ਹੋਰ ਹੀ ਪੁੱਠੀਆਂ ਪੜ੍ਹ ਤੋਂ ਪੜ੍ਹਾਈ ਜਾਂਦਾ ਹੋਵੇ ਭੋਲੀ ਹੁਣ ਤੂੰ ਇੱਕ ਹਫ਼ਤਾ ਛੱਡ ਦੋ ਹਫ਼ਤੇ ਲਾ ਕੇ ਜਾਈ ਨਾਲੇ ਕਿਸੇ ਚੀਜ਼ ਦੀ ਲੋੜ ਹੋਵੇ ਖਾਣ ਪੀਣ ਦੀ ਤਾਂ ਮੈਨੂੰ ਦੱਸੀ ਜਾਂਗਾ ਕੋਈ ਗੱਲ ਨਹੀਂ ਜੀ ਮੈਂ ਦੱਸ ਦੂੰਗੀ ਉਹ ਤੇਰੀ ਭੈਣ ਦਾ ਤਾਂ ਮੈਨੂੰ ਪਤਾ ਉਹ ਨਹੀਂ ਜਿਹੜੇ ਦਿੰਦੇ ਕੀ ਕੁਛ ਤੈਨੂੰ ਲਿਆ ਕੇ ਲੈ ਪ੍ਰਿਆ ਕਾਫੀ ਪੀ ਦੂੰ ਮੇਰੀ ਚਾਹ ਬੇ ਤੇਰੇ ਵਾਸਤੇ ਧਰੀ ਹੋਈ ਆ ਚਾਹ ਤੈਨੂੰ ਤਾਂ ਬੜੀ ਚੱਜ ਆ ਨਾ ਕਾਫੀ ਪੀਣ ਦਾ ਨਹੀਂ ਵੱਡੀ ਮਾਂ ਦੀ ਇਹ ਪੜਾਕਣੇ ਨਾਲ ਇਹ ਚਾਹ ਵਾਲਾ ਕੱਪ ਹੁੰਦਾ ਕਾਫੀ ਵਾਲਾ ਕੱਪ ਤਾਂ ਦਾਰੂ ਦੇ ਅਧੀਨ ਦਾ ਹੁੰਦਾ ਐਡਾ ਵੱਡਾ ਬੇ ਮਰ ਜਾਣੇ ਹੁਣ ਉੱਧ ਦੀਆਂ ਪਤਾਲਾ ਮਾਰੀ ਜਾਇਆ ਕਰ ਉਹ ਖੜੀਆਂ ਰੰਮੀ ਆਉਂਦੀਆਂ ਨੇ ਜਾਂ ਉਹਨੂੰ ਹਰਾ ਚਾਰਾ ਪਾ ਦੇ ਜਾ ਕੇ ਚੰਗਾ ਪਾ ਲਾ ਨਾ ਹੋਰ ਤਾਂ ਕੋਈ ਗੱਲੇ ਨਹੀਂ ਕਦੇ ਪਿਆਰ ਨਾਲ ਵੀ ਬੋਲ ਪਿਆ ਕਰ ਬੋਲ ਪਿਆ ਕਰ ਇਹਨੂੰ ਪਿਆਰ ਨਾਲ ਚੱਲ ਨੀ ਪ੍ਰਿਆ ਪੀ ਲਾ ਕਾਫੀ ਇਹ ਤਾਂ ਤੇਰਾ ਦਿਮਾਗ ਚੱਟ ਗਿਆ ਹੋਣਾ ਤੁਹਾਡੀ ਕਾਫੀ ਬਸ ਮੈਂ ਤਾਂ ਹੁਣੇ ਪੀ ਕੇ ਹਟੀ ਸੀ ਪਹਿਲਾਂ ਨੀ ਪ੍ਰਿਆ ਆਪਾਂ ਤਾਂ ਭੁੱਲ ਹੀ ਗਈਆਂ ਤੂੰ ਪਿੰਡ ਫੋਨ ਕਰਤਾ ਸੀ ਵੀ ਮੈਂ ਇੱਥੇ ਆ ਗਈ ਸੀਗੀ ਤੇ ਉਹ ਤੈਨੂੰ ਉੱਥੇ ਭਾਲੀ ਜਾਣ ਹਾਂ ਹਾਂ ਦੀਦੀ ਮੈਂ ਕਰਤੀ ਸੀ ਮੰਮਾ ਨੂੰ ਕਾਲ ਮੈਂ ਉਹਨਾਂ ਨੂੰ ਕਹਿਤਾ ਸੀ ਵੀ ਮੈਂ ਹਫ਼ਤਾ ਲਾ ਕੇ ਆਉਂਗੀ ਦੀਦੀ ਕੋਲ ਚੱਲ ਵਧੀਆ ਕੀਤਾ ਤੂੰ ਫੋਨ ਕਰਤਾ ਬੀਬੀ ਨੂੰ ਮੈਨੂੰ ਤਾਂ ਫਿਕਰ ਲੱਗ ਰਿਹਾ ਸੀ ਮੈਂ ਉਹ ਵੀ ਫਿਕਰ ਕਰੀ ਜਾਂਦੇ ਹੁਣ ਲੈ ਤੂੰ ਕੱਲੀ ਕਾਫੀ ਪੀ ਜਾਂਦੀ ਆ ਗੁਲਾਬ ਜਾਮਣਾ ਵੀ ਖਾ ਤੇਰਾ ਜੀਜਾ ਤੇਰੇ ਵਾਸਤੇ ਲਿਆ ਮੇਰੇ ਵਾਸਤੇ ਤਾਂ ਭੁੰਨਣਾ ਕਦੇ ਦੁਕਾਨ ਤੋਂ ਪਾਪੜ ਵੀ ਨਹੀਂ ਲਿਆ ਤੇਰਾ ਕਰਕੇ ਲਿਆ ਹੈਗਾ ਉਹ ਬਾਈ ਲੱਛੇ ਹਾਂ ਬਾਈ ਮੈਨੂੰ ਦੋ ਕਨਾਲ ਮੱਕਾ ਵੇਚਣ ਵਾਸਤੇ ਦੇ ਯਾਰ ਮੇਰੇ ਲਵੇਰੇ ਛੇ ਕਨਾਲ ਅੱਛਾ ਦੋ ਤਾਂ ਮੈਂ ਆਪ ਦੂੰਗਾ ਦੇ ਦੋ ਹਾਂ ਦੋ ਦੂੰਗਾ ਤੈਨੂੰ ਦੋ ਮੈਂ ਚੱਕਦੀਆਂ ਦੋ ਮੈਂ ਆਪ ਨੂੰ ਚੱਕਦੂੰ ਜਾਣਾ ਮੈਂ ਚੱਕਦੀਆਂ ਜੇ ਰੋਡ ਕੰਜਰ ਤਾਂ ਸਮਝ ਗਿਆ ਮੈਂ ਕਰਾਹੇ ਨਾਲ ਚੱਕੇ ਨੇ ਅੱਛਾ ਮਾਂ ਕਦੇ ਉਲਟ ਪਾਟ ਪੂਨੀ ਆ ਗਏ ਦੋ ਆਪ ਨੂੰ ਚੱਕ ਦੂੰ ਮੈਂ ਕੀ ਹਾਲ ਆ ਬਾਈ ਲੱਛੇ ਆ ਬਾਈ ਕੀ ਹਾਲ ਹੈ ਠੀਕ ਹੈ ਹੋਰ ਕੋਲ ਵਧੀਆ ਵਧੀਆ ਉਹ ਤੁਸੀਂ ਕਿਵੇਂ ਬੈਠੇ ਰਹੇ ਬਸ ਤਾਂ ਇਧਰੋਂ ਆਏ ਵੀ ਮੈਂ ਬੈਠੇ ਦੀ ਉਰੇ ਗੱਲਾਂ ਲਾ ਕੇ ਜਿੱਦਾਂ ਪਤੰਦਰ ਉਰੇ ਬੈਠੇ ਹਾਂ ਉਧਰ ਤਾਂ ਮਗਰ ਕੇ ਦਿੱਲੀ ਲੁੱਟ ਗਈ ਕਿਵੇਂ ਕਿਵੇਂ ਕੀ ਤੁਹਾਨੂੰ ਪਤਾ ਨਹੀਂ ਨਾ ਬਾਈ ਕੁੜੀ ਇਹ ਬਹੁਤ ਸੋਹਣੀ ਆ ਰਹੀ ਹੈ ਕਿੱਥੋਂ ਪਤਾ ਨਹੀਂ ਕਿੱਥੋਂ ਆਈ ਹੈ ਮੈਂ ਤਾਂ ਝੂਠ ਬੋਲਦਾ ਮੈਂ ਤਾਂ ਚਾਰ ਦਾ ਦੀ ਕਹਿੰਦਾ ਸਪੇਲਨ ਲੈ ਕੇ ਆਇਆ ਮੈਂ ਕਹਿੰਦਾ ਸਪੇਲਨ ਨੂੰ ਛੱਡਣ ਆਇਆ ਪਤਾ ਨਹੀਂ ਕਿਵੇਂ ਪਹਿਲਾਂ ਲੱਗੇ ਪਿੱਛੇ ਕਹਿੰਦੇ ਸਪੇਲਨ ਉਹਨੇ ਚਾੜੀ ਨਹੀਂ ਉਹ ਪਾ ਜਾ ਜਾਵਾਂ ਕਿਵੇਂ ਆਪਾਂ ਦੇਖ ਕੇ ਚੱਕ ਕੇ ਮਾਰ ਕੇ ਆਈਏ ਮੈਂ ਤੁਹਾਨੂੰ ਦੱਸਦਾ ਸੀ ਹਾਂ
चंडीगढ़ पढ़ती है ਉਹ ਮੇਰਾ ਰੂਮ ਮਰ ਜਾਣਾ ਤੂੰ ਤਾਂ ਕਿੱਥੋਂ ਹੋ ਗਈ ਦੀ ਸਾਲੀ ਉਹਦੀ ਬਹੁਤ ਦੇ ਕਹੀ ਜੀ ਹੈ ਉਹ ਸਾਲੀ ਹੋ ਗਈ ਕਈ ਵਾਰੀ ਮੜੰਗਾ ਆਪਣੇ ਮਾਪੇ ਤੇ ਰਹਿੰਦੀ ਹੈ ਨਾ ਯਾਰ ਇਹ ਮੈਨੂੰ ਤਾਂ ਲੱਗਦਾ ਨਹੀਂ ਜਿਹਦੀ ਸਾਲੀ ਹੋ ਗਈ ਉਹ ਹੋਰ ਰਿਸ਼ਤੇਦਾਰੀ ਕਿਉਂ ਨਹੀਂ ਕੋਸਾ ਤੈ ਵੇਖੀ ਪੱਕੀ ਵੇਖੀ ਮੈਂ ਪੱਕੀ ਦੇਖੀ ਮੈਂ ਇੱਕ ਨੰਬਰ ਹੈ ਚੱਲ ਫਿਰ ਚੱਲਦੇ ਫਿਰ ਉਹਨੂੰ ਮੁੜਦੇ ਆਪੋ ਵੀ ਚੱਲ ਮੈਂ ਤਾਂ ਕਰਦਾ ਗੱਲ ਮੈਂ ਤੂੰ ਦੱਸੀ ਚੱਲੀ ਸਕੀਮਾਂ ਸਾਨੂੰ ਕੋਈ ਟੈਨਸ਼ਨ ਨਹੀਂ ਇਹ ਲੈ ਰਿਸ਼ਵਤ ਲੈ ਬਣਾ ਤੁਸੀਂ ਵੀ ਨਹੀਂ ਖਾਂਦੀਆਂ ਹੈਗੀਆਂ ਤੁਹਾਨੂੰ ਵੀ ਦਾਣਾ ਦੇ ਦੇਣਾ ਇੰਨੀ ਕਣਕ ਕਿੱਥੋਂ ਆਊਗੀ ਔਰ ਉਹ ਜੱਸੀ ਮੇਰੇ ਸਾਲਿਆਂ ਦੀ ਭੋਲੀ ਨੂੰ ਆਏ ਲਈ ਬੈਠੇ ਕੁੱਛੜ ਚ ਜਿਵੇਂ ਉਹ ਟਪੁੱਸੀਆਂ ਜਿਹਾ ਮਾਰ ਭਲਾ ਜਾਨਵਰ ਨਾ ਜੇਬ ਜੀ ਚ ਪਾ ਕੇ ਜਵਾਕ ਨੂੰ ਰੱਖਦਾ ਹੁੰਦਾ ਉਹ ਕੀ ਕਹਿੰਦੇ ਨੇ ਉਹਨੂੰ ਕੰਗਾਰੂ ਸਾਰੇ ਜਾਣਦੀ ਆ ਮੈਨੂੰ ਇਹ ਨੀ ਪਤਾ ਵੀ ਤੇਰਾ ਪਤੰਦਰ ਕਿੰਨਾ ਭੈੜਾ ਚੱਲ ਕੋਈ ਨਾ ਕਿੰਨਾ ਕੁ ਰਾਖੀ ਰੱਖੂਗੀ ਕਦ ਤੱਕ ਬਚਾਊਗੀ ਭੋਲੀ ਨੂੰ ਭੋਲੀ ਨਾਲ ਤਾਂ ਮਿੱਠੇ ਮਖੌਲ ਮੈਂ ਕਰਕੇ ਰਹੂੰਗਾ जुत्ती जोड़े विचे बूट ने विचे चप्पलां ने तीन चार जोड़े ने चल ऐ करदा जाके देखदा की पता किहदे जे कोई ना होया बाली वारस तां चक्के आपां पाया करांगे रोज बदल मैं एक पाया करूंगा लै चल पहले तां बूट रख ਚੱਪਲਾਂ ਦੀ ਦੇਖ ਜੱਟ ਜਾ ਕੇ ਕੱਪੜੇ ਤਾਂ ਮੈਂ ਧੋਤੇ ਗਏ ਹੁਣ ਤਾਂ ਨਾ ਘੰਟਾ ਅੱਧਾ ਘੰਟਾ ਆਰਾਮ ਕਰਾਂਗੇ ਏ ਜੱਸੀ ਆ ਜਾ ਮੇਰੇ ਨਾਲ ਤੈਨੂੰ ਇੱਕ ਚੀਜ਼ ਦਿਖਾਵਾਂ ਵੇ ਕੀ ਦਿਖਾਏਗਾ ਹੁਣ ਇਹ ਆਪਣੇ ਬਾਰ 'ਚ ਕੋਈ ਬੂਟਰ ਚੱਪਲਾਂ ਕੱਢ ਗਿਆ ਤਿੰਨ ਚਾਰ ਜੋੜੀਆਂ ਮੈਂ ਤੂੰ ਹੀ ਮਾਰੀਆ ਟੱਕਰਾਂ ਮੇਰੇ ਕੋਲ ਨਹੀਂ ਇੰਨਾ ਟਾਈਮ ਹੈਗਾ ਕੰਮ ਕਰਕੇ ਥੱਕੀ ਪਈ ਆ ਮੈਂ ਤਾਂ ਘੰਟਾ ਆਰਾਮ ਕਰਦੀ ਆ ਨਾ ਤੂੰ ਟਿਕੇ ਨਾ ਟਿਕਣ ਦੇ ਮੈਂ ਕੌਣ ਮਾਰੇ ਮੱਥਾ ਤੇਰੇ ਨਾਲ ਹੋਰ ਹੀ ਮਾਰੀ ਜਾਊਗਾ ਪਾਣੀ 'ਚ ਡਾਂਗਾ ਸਾਰਾ ਦਿਨ ਲੈ ਵੀ ਮੱਗਰ ਸਿਆ ਨਜ਼ਾਰੀ ਆ ਗਿਆ ਨਾਲੇ ਸਾਰੀ ਕਰਸਾ ਨਾਲੇ ਸਾਰਾ ਸਿਆਲ ਟੌਰ ਦਾ ਟੱਪੂਆ ਬੂਟੇ ਬੂਟ ਚੱਪਲੀ ਚੱਪਲਾਂ ਹੈ ਓਏ ਤੁਸੀਂ ਕੀ ਕਰਦੇ ਹੋ ਰੇ ਸਾਡੇ ਤੇ ਬਾਲ ਆ ਗਈ ਉਰੇ ਗੇਂਦ ਤੇ ਜਵਾਕ ਹੋ ਨਿਆਣੇ ਉਸ ਵਾਲੇ ਬਾਲ ਨੂੰ ਉਹ ਬੇਲੇ ਹੁੰਨੇ ਆ ਖੇਡਦੇ ਹੁੰਨੇ ਆ ਯਾਰ ਖੇਡ ਲੈਂਦੇ ਆ ਬਾਲ ਚੱਕ ਲਈ ਕਿੱਡੀ ਗੱਲ ਹੈ ਵੀ ਚਲ ਆਪਣੀ ਘਰ ਹੈ ਵੀ ਜੇ ਬਾਲ ਚੱਕ ਲੈਣੇ ਆ ਮੁਰੇ ਕਿਹੜਾ ਪਗਾਨਾ ਹੈ ਨਾ ਬਾਲ ਨਾਲ ਖੇਡਣੂ ਨਿਆਣੇ ਹੁਣ ਤੁਸੀਂ ਜਵਾਕ ਹੋ ਚਲ ਕੋਈ ਨਾ ਮੱਗਰਾ ਦੇ ਬਾਲ ਆ ਖੇਡ ਲਾਂਗੇ ਦੋ ਮਿੰਟ ਬੇਲੇ ਹੁੰਨੇ ਆ ਬਾਈ ਵੀ ਚਲ ਖੇਡ ਲੈਂਦੇ ਆ ਉਹ ਪਹਿਲੇ ਤਾਂ ਠੀਕ ਹੈ ਮੈਂ ਤੁਹਾਡੀ ਗੱਲ ਮੰਨਦਾ ਇਹ ਤਾਂ ਜਵਾਕਾਂ ਦੇ ਖੇਡ ਹੁੰਦੇ ਆ ਬੈਟ ਬੱਲਾ ਅਸੀਂ ਵੀ ਜਵਾਕ ਆ ਅਸੀਂ 15 ਕਿੱਡੀ ਉਮਰ ਹੈ 18 ਸਾਲ ਦੇ ਸੀ ਹੈਗੇ ਆ ਹਾਂ ਬੜੇ ਜਵਾਕ ਹੋ ਮੈਨੂੰ ਤਾਂ ਲੱਗਦਾ ਤੁਹਾਡੀਆਂ ਮਾਮਾ ਨੇ ਇਕੱਲੇ ਦਾਈ ਨੂੰ ਦਾਣੇ ਪਾਏ ਹੋਲੇ ਜਾਪੇ ਦੇ ਤੂੰ ਤਾਂ ਉਹੀ ਗੱਲਾਂ ਮਾਰੀ ਨਾ ਮੱਕਰ ਯਾਰ ਜੇ ਤਾਂ ਬਾਲ ਚੱਕਣ ਦੇ ਨਹੀਂ ਦੇਦੇ ਯਾਰ ਉਰੇ ਕੋਈ ਬਾਲ ਬੂਲ ਨਹੀਂ ਆਈ ਤੁਸੀਂ ਵਗ ਜਾਓ ਕੋਈ ਨਾ ਬਾਈ ਬਣ ਕੇ ਮੱਕਰ ਲੈ ਆਓ ਤੂੰ ਸਿੱਧਾ ਹੋ ਕੇ ਉਧਰ ਵਗ ਜਾ ਚੱਲ ਮੈਂ ਦੇਖਿਆ ਨਾ ਲੈ ਨਾ ਕੋਈ ਲੋੜ ਨਹੀਂ ਅੰਦਰ ਜਾਣ ਦੀ ਮੈਂ ਵਗ ਜਾਉ ਤੁਸੀਂ ਕੋਈ ਬਾਲ ਨਹੀਂ ਭਾਬੀ ਤੋਂ ਲੈ ਜਾਵਾਂ ਯਾਰ ਭਾਬੀ ਤੋਂ ਲੈ ਕੇ ਜਾਵਾਂਗੇ ਫੇਰ ਆ ਜਾਵਾਂਗੇ ਆਹੋ ਓਏ ਹੁਣ ਕਾਹ ਤੋਂ ਰੁੱਕੇ ਮੇਰੇ ਸਾਲੇ ਉਰੇ ਚੌਲਾਂ ਦਾ ਕੜਾਹਾ ਕੱਢ ਰੱਖਿਆ ਵੀ ਉਹ ਖਾ ਕੇ ਜਾਵਾਂਗੇ
ਯਾ ਦੇਖ ਲਾ ਮਾਮਾ ਮੇਰਾ ਮਾਲੀ ਰਿਹਾ ਮੈਨੂੰ ਬੁੱਧੂ ਬਣਾਉਂਦੇ ਨੇ ਵੀ ਬਾਗ ਦੀ ਰਾਖੀ ਕਿਵੇਂ ਕਰਨੀ ਆ ਮੈਨੂੰ ਪਤਾ ਕਾਹਦੇ ਮਾਰਿਆ ਨੇ ਤੁਸੀਂ ਮੇਰੇ ਮਾਮੇ ਨੇ ਸਿਖਾਇਆ ਸੀ ਵੀ ਤੋਤੇ ਨੂੰ ਕਿਵੇਂ ਕਾਬੂ ਕਰਿਆ ਕਰਦੇ ਨੇ ਕਾਂ ਨੂੰ ਕਿਵੇਂ ਕਾਬੂ ਕਰਿਆ ਕਰਦੇ ਨੇ ਕਾਟੋ ਨੂੰ ਕਿਵੇਂ ਕਾਬੂ ਕਰਿਆ ਕਰਦੇ ਨੇ ਗਟਾਰ ਨੂੰ ਕਿਵੇਂ ਕਾਬੂ ਕਰਿਆ ਕਰਦੇ ਨੇ ਮੇਰੇ ਕੋਲ ਸਾਰੇ ਇਲਾਜ ਨੇ ਤੁਸੀਂ ਬੜਕੇ ਤਾਂ ਦਿਖਾਈਓ ਮੈਨੂੰ ਪਤਾ ਵੀ ਕੀ ਕੰਮ ਦੇ ਮਾਰੇ ਫਿਰਦੇ ਹੋ ਤੁਸੀਂ ਸਭ ਜਾਣਦਾ ਮੈਂ ਤੁਹਾਡੇ ਰਗਾ ਰਗਾ ਦਾ ਭੇਤੀ ਹਾਂ ਮੈਨੂੰ ਵੀ ਮੱਗਰ ਕਹਿੰਦੇ ਨੇ ਲੈ ਉਹ ਮੱਗਰ ਸਿਆਂ ਪਾਸ ਨਹੀਂ ਕਰਾਂ ਪਾ ਕੇ ਤੂੜੀ ਨੇ ਮਹਾਰਾਣੀ ਹੁਣ ਲੱਗ ਜੂਗੀ ਰੋਹ ਮਾਰਨ ਜਿਹੜਾ ਭੁੱਕੀ ਦਾ ਕਾਰਡ ਲਾਇਆ ਸੀ 12 ਵਜੇ ਉਹ ਉਤਾਰ ਦੂਗੀ ਸਾਰਾ ਮੈਂ ਪਾ ਆਪਣਾ ਸੱਪ ਖਾ ਲਿਆ ਓਏ ਖਾ ਲਿਆ ਓਏ ਮਾਰਤਾ ਓਏ ਖਾ ਲਿਆ ਓਏ ਮਾਰਤਾ ਓਏ ਖਾ ਲਿਆ ਓਏ ਰੁੜ ਜਾਣਿਆ ਕੀ ਲੜ ਗਿਆ ਤੇਰੇ ਸੱਪ ਚੱਜ ਦੀ ਥਾਂ ਸੁੱਕਣਾ ਪਾ ਰਿਹਾ ਕਰ ਕੰਜਰਾ ਚੱਜ ਦੀ ਥਾਂ ਤੇ ਬਸ ਤੈਨੂੰ ਦੀਨਾ ਨੀ ਰੋਇਆ ਤਾਂ ਨੇਰੀ ਆ ਜਾਂਦੀ ਆ ਉੱਡ ਕੇ ਆ ਗਿਆ ਹੁਣ ਇੱਥੇ ਲੈ ਜਾ ਤੈਨੂੰ ਨਾਲੇ ਮੇਰੀ ਤਾਂ ਜਾਨ ਕੱਢ ਲਈ ਤੀ ਰੁੜ ਜਾਣਾ ਨਾ ਕੋਈ ਕੰਮ ਕਰੇ ਨਾ ਕਰਨ ਦੇਵੇ ਮੈਂ ਤਾਂ ਧਣੀਆਂ ਵੱਢੀ ਜਾਂਦੀ ਸੀਗੀ ਉਹ ਤੇਰੀ ਓਏ ਸੱਚੀ ਮਗਰਾ ਨਾਲਾ ਦੀ ਮੇਰੇ ਤਾਂ ਐਦੀ ਕਿ ਸੱਪਾ ਮਹਾਂ ਲੈ ਖਾ ਲਿਆ ਮੋਨਾ ਤਾਂ ਤਾਂ ਇਹ ਵੀ ਮੇਰੇ ਸਾਲੇ ਦੀ ਨਾਲਾ ਵੀ ਨਹੀਂ ਸਾਂਭ ਕੇ ਰੱਖਦੀ ਕਿਸੇ ਨਾ ਕਿਸੇ ਦਿਨ ਆਈ ਜਾਣ ਲੂਗੀ ਮੇਰੀ ਤੇ ਚੱਲ ਔਖਾ ਔਖਾ ਹੁਣ ਤਾਂ ਪਾ ਸੁਣੀ ਪਾ ਦੂੜੀ ਦੁਆਰੀ ਓਹ ਹੋ ਮਗਰਾ ਤਾਂ ਜਾਨ ਜਾਂਦੀ ਜਾਂਦੀ ਬੱਚੀ ਹੋਵੇ ਸ਼ੁਕਰ ਆ ਰੱਬ ਦਾ ਤਾਂ ਬਚ ਗਏ ਪਤੰਦਰਾ ਮਾਰਿਆ ਗਿਆ ਸੀ ਅੱਜ ਤਾਂ ਤੂੰ ਜਮੀ ਤੂੜੀ ਦਾ ਨਾਲਾ ਦਾ ਤੰਗਲੀ ਦੇ ਨਾਲ ਉੱਪਰ ਆ ਗਿਆ ਬਸ ਫਿਰ ਮੈਨੂੰ ਤਾਂ ਏਦੀ ਵੀ ਸੱਪ ਆ ਗਿਆ ਕਿਤੇ ਮੇਰੇ ਤਾਂ ਜਾਂਚ ਜਾਣ ਨੀ ਰਹੀ ਹੱਥ ਪੈਰ ਸੁੰਨ ਹੋ ਗਏ ਮੇਰੇ ਤਾਂ ਦਿਲੇ ਨਿਕਲ ਕੇ ਭੱਜ ਗਿਆ ਉਹਦਾ ਦੀ ਮਰੇ ਗਿਆ ਸੀ ਬਸ ਮੈਂ ਤਾਂ ਇੱਕ ਗੱਲ ਦੱਸ ਬੋਲੀ ਮੈਨੂੰ ਹੋਰ ਤਾਂ ਛੱਡ ਜਿਹੜਾ ਕੁਛ ਹੋ ਗਿਆ ਉਹ ਤਾਂ ਹੋ ਗਿਆ ਤੇਰਾ ਸੁਭਾਅ ਤਾਂ ਇੰਨਾ ਨਰਮ ਆ ਤੇਰੀ ਭੈਣ ਨਾਲ ਤਾਂ ਤਿਹਾਈ ਦਾ ਫਰਕ ਪਿਆ ਤੇਰਾ ਤਾਂ 75 ਪੈਸੇ ਨਰਮ ਆ ਸੁਭਾਅ ਉਹ ਤਾਂ 25 ਪੈਸਿਆਂ 'ਚ ਹੀ ਰਹੇਗੀ ਇੱਕ ਗੱਲ ਦੱਸ ਮੈਂ ਤਾਂ ਉਹਦੇ ਨਾਲ ਕੱਟੀ ਜਾਂਦਾ 10-12 ਸਾਲ ਦਾ ਇਹਦਾ ਕੱਟੀ ਜਾਂਦਾ ਤੇਰਾ ਬਾਪ ਤੇਰੀ ਮਾਂ ਨਾਲ ਕਿਵੇਂ ਕੱਟਦਾ ਉਹ ਤਾਂ ਜੇ ਸ਼ੇਰ ਨਹੀਂ ਆ ਬੱਬਰ ਸ਼ੇਰ ਨਹੀਂ ਹੋਣੀ ਜੀ ਜੀ ਮੇਰੀ ਮਾਂ ਬਾਰੇ ਕੁਝ ਬੋਲਿਆ ਨਾ ਰੋਡ ਮਾਰ ਕੇ ਫਿਰ ਖੋਲ ਦੂੰਗੀ ਤੁਹਾਡਾ ਮੈਂ ਲੜੋ ਤੇਰੀ ਠੀਕ ਹੀ ਗਾਂ ਕਰਦੀ ਤੇਰੀ ਤੁਹਾਨੂੰ ਲੈ ਉਹ ਦੱਸ ਮਗਰਾ ਇਹ ਤਾਂ ਮੈਨੂੰ ਐ ਲੱਗਦਾ ਵੀ 6 ਵੋਲਟ ਦੀ ਬੈਟਰੀ ਆ ਪਰ ਕੰਜਰੇ ਤਾਂ 12 ਵੋਲਟ ਜਿੰਨਾ ਕਰੰਟ ਮਾਰਦੀ ਆ ਰੱਬੇ ਬਚਾਵੇ ਇਹਦਾ ਟੱਬਰ ਤੋਂ ਰੱਬੇ ਬਚਾਵੇ ਦੋਨੇ ਭੈਣਾਂ ਤੋਂ ਇਹ ਸੱਚੇ ਪਾਤਸ਼ਾਹ ਜਿਹਦੇ ਜਾਊਗੀ ਇਹ ਵੀ ਅੱਗ ਲਾਉਂਦੀ ਏ ਜਾਊਗੀ ਬਸ ਰੋਟੀ ਸੁੱਕਦੀ ਉਹਨੂੰ ਵੀ ਨਹੀਂ ਮਿਲਦੀ ਹੈਗੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਮਿੱਤਰੋ ਜਿਹੜੀ ਵੀਡੀਓ ਤੁਸੀਂ ਹੁਣੇ ਹੁਣੇ ਦੇਖੀ ਆ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਇੱਕ ਗੱਲ ਨਾਲੇ ਹੋਰ ਕਹਿਣਾ ਚਾਹੁੰਦਾ ਬਾਬਿਓ ਇਹ ਭੈਣ ਨੇ ਹਰਮੀਤ ਜੱਸੀ ਜੀ ਜਿਨ੍ਹਾਂ ਦਾ ਯੂਟਿਊਬ ਦੀ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਬਹੁਤ ਹੀ ਵਧੀਆ ਐਕਟਰ ਅਤੇ ਬਹੁਤ ਹੀ ਵਧੀਆ ਸਿੰਗਰ ਨੇ ਬਹੁਤ ਹੀ ਵੱਡਾ ਕੱਦ ਆ ਇਹਨਾਂ ਦਾ ਯੂਟਿਊਬ ਦੀ ਦੁਨੀਆ ਦੇ ਵਿੱਚ ਇਹਨਾਂ ਨਾਲ ਕੰਮ ਕਰਕੇ ਸਾਨੂੰ ਬਹੁਤ ਵਧੀਆ ਲੱਗਿਆ ਅਤੇ ਜਿਹੜੇ ਮੇਰੇ ਵੀਰਾਂ ਨੇ ਪਿਛਲੀ ਵੀਡੀਓ ਦੇ ਵਿੱਚ ਪਹਿਲੀ 10 ਕਮੈਂਟ ਕਰੇ ਸੀਗੇ ਮੈਂ ਉਹਨਾਂ ਦੇ ਨਾਮ ਬੋਲਣ ਲੱਗਿਆ ਫਸਟ ਕਮੈਂਟ ਆ ਰੋਹੀ ਸਿੰਘ ਸੈਕਿੰਡ ਜੱਗੀ ਰਾਮ ਥਰਡ ਰਸਪ੍ਰੀਤ ਧਾਲੀਵਾਲ ਜੱਸੀ ਧਾਲੀਵਾਲ ਅਤੇ ਹਰਜਿੰਦਰ ਭੁੱਲਰ ਗੁਰਦੀਪ ਸਿੰਘ ਧਾਲੀਵਾਲ ਅਤੇ ਲਖਵੀਰ ਸਿੰਘ ਹੇਅਰ ਅਤੇ ਮਨਪ੍ਰੀਤ ਸਿੰਘ ਰਾਣਾ ਆਪਣਾ ਕੁਲਜੀਤ ਸਿੰਘ ਭੁਪਿੰਦਰ ਸਿੰਘ ਅਤੇ ਕੁਲਵਿੰਦਰ ਕੌਰ ਇਹ ਆਪਣੇ ਪਹਿਲੇ 10 ਕਮੈਂਟ ਨੇ ਜਿਨ੍ਹਾਂ ਨੇ ਪਿਛਲੀ ਵੀਡੀਓ ਦੇ ਪਹਿਲੇ 10 ਕਮੈਂਟ ਕਰੇ ਨੇ ਅਤੇ ਸਾਰੇ ਜਣੇ ਨੈਕਸਟ ਵੀਡੀਓ ਜੇ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਤਾਂ ਉਸ 'ਤੇ ਵੀ ਸਾਰੇ ਜਣੇ ਜ਼ਰੂਰ ਕਮੈਂਟ ਕਰਿਓ ਹਾਂਜੀ ਪ੍ਰਿਆ ਜੀ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਤੇ ਵੀਡੀਓ 'ਚ ਜੇ ਤੁਹਾਨੂੰ ਕੋਈ ਵੀ ਮਿਸਟੇਕ ਲੱਗਦੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤਾਂ ਜੋ ਅਸੀਂ ਆਉਣ ਵਾਲੀਆਂ ਵੀਡੀਓਜ਼ 'ਚ ਉਹ ਗਲਤੀ ਦੁਬਾਰਾ ਨਾ ਕਰੀਏ ਅਤੇ ਤੁਹਾਡੇ ਲਈ ਹੋਰ ਵੀ ਵਧੀਆ ਵਧੀਆ ਵੀਡੀਓਜ਼ ਲੈ ਕੇ ਆ ਸਕੀਏ ਤੇ ਜਿਹੜੇ ਮੇਰੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਨੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਦਿੱਤੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓ ਤੇ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਤੇ ਬਾਬੇ ਜਲਦੀ ਇਹਦਾ ਦੂਜਾ ਪਾਰਟ ਆਊਗਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।